जो
भरिया दिशा गई सब भूल ओरा गरे पानी भया जाए मिलियो पानी भया मिलबे की महिमा वर्ण ना सको जाए मिलियो मिलबे की महिमा वर्ण न सको नानक परे परिला आए मिल गुर सिख आए मिल तू मेरे गुरु के प्यारे आए मिल गुर सिख आए मिल हाँ मन तन खोजी भार भलाई हाँ मन तन खोजी भार भलाई क्यों प्यारा प्रीतम मिले मेरी माई मिल सत संगत खोज दसाई जाए मिलियो ढालकूल मिल सत संगत खोज दसाई विच संगत हर प्रभु वसे जियो जाए मिलियो विच संगत हर प्रभु से जियो आओ बहने गल मिले जाए मिलियो आओ बहने गल मिले अंक सहेलड़िया मिलके मिलके करे कहानियां जाए मिलियो मिलके करे कहानियां समरथ कंत किया मिले सत संगत हर पाइए मिले सत संगत हर पाइए गुरमुख हर लिवलाए आप गया सुख पाया आप गया सुख पाया मिले सलल सलल समाए ओरा गर पानी भया जाए मिलियो बाबा कबीर जी दे इस श्लोक नू समझन लई सानू इंदी मुढली शब्दावली समझन दी लोड़ है ओरा गर पानी भया आखर ओरा गर की है जिसनू पानी बनन दी लोड़ है जरा सोचियो ओरा गर दा अखरी अर्थ है गड़े जिसनू असी अपनी बोली विच गड़े पहन्दे आखने हां पर एक गल सोचन वाली है गड़े कोई अपने आप विच वक्री होंद नहीं रखते पानी तो ही बनते हैं पर सुभा करके वजूद करके बिल्कुल पानी तो वक्रे हो जाते हैं
ਆਪਾਂ ਆਮ ਜ਼ਿੰਦਗੀ ਵਿੱਚ ਦੇਖੀਏ ਕਿਸਾਨ ਪਾਣੀ ਦੀ ਬੂੰਦ ਬੂੰਦ ਲਈ ਤਰਸਦਾ ਆਸਮਾਨ ਵੱਲ ਨੀਝ ਲਾਲ ਲਾ ਵੇਖਦਾ ਕਦੋਂ ਬਾਰਿਸ਼ ਪਵੇ ਪਾਣੀ ਦੀਆਂ ਬੂੰਦਾਂ ਮੇਰੇ ਖੇਤ ਨੂੰ ਸਰਸ਼ਾਰ ਕਰ ਜਾਣ ਪਰ ਪਾਣੀ ਦੀਆਂ ਬੂੰਦਾਂ ਨੂੰ ਉਡੀਕਣ ਵਾਲਾ ਕਿਸਾਨ ਜੇ ਭਲਾ ਉਸਨੂੰ ਪਤਾ ਲੱਗ ਜਾਏ ਮੇਰੇ ਖੇਤ ਮੇਰੀ ਫਸਲ 'ਤੇ ਗੜੇ ਪੈ ਗਏ ਨੇ ਸੋਚੋ ਦੋਵਾਂ ਵਿੱਚ ਫਰਕ ਕਿੰਨਾ ਹੈ ਮੇਰੇ ਖੇਤ ਵਿੱਚ ਗੜੇ ਪੈ ਗਏ ਨੇ ਰੋਣ ਲੱਗ ਪੈਂਦਾ ਜ਼ੋਰ ਜ਼ੋਰ ਰੋਂਦਾ ਗੜੇ ਮਾਰ ਹੋ ਗਏ ਭਰਿਆ ਗੜੇ ਵੀ ਤਾਂ ਪਾਣੀ ਦੀਆਂ ਬੂੰਦਾਂ ਤੋਂ ਹੀ ਬਣੇ ਨੇ ਪਰ ਦੋਹਾਂ ਦਾ ਫਰਕ ਸਮਝਣਾ ਬਾਬਾ ਕਬੀਰ ਜੀ ਨੇ ਬੜੀ ਡੀਪਲੀ ਬੜੀ ਡੂੰਘਾਈ ਨਾਲ ਇਹ ਸ਼ਬਦਾਵਲੀ ਵਰਤੀ ਹੈ ਕਹਿੰਦੇ ਨੇ ਮਨ ਨੂੰ ਸਮੁੰਦਰ ਪਾਣੀ ਦਾ ਘਰ ਹੈ ਪਾਣੀ ਦੀ ਹੋਂਦ ਸਮੁੰਦਰ ਵਿੱਚ ਸੁਰੱਖਿਅਤ ਹੈ ਇੰਨੀ ਸੁਰੱਖਿਅਤ ਹੈ ਕਿ ਜੇਠ ਹਾੜ ਦੀ ਤਪਤ ਸੂਰਜ ਦੀ ਗਰਮੀ ਸਮੁੰਦਰ ਵਿੱਚ ਰਹਿੰਦੇ ਪਾਣੀ ਨੂੰ ਸੁਕਾ ਨਹੀਂ ਸਕਦੇ ਸਮੁੰਦਰ ਕਦੀ ਨਹੀਂ ਸੁੱਕਦੇ ਜਿੰਨੀ ਮਰਜ਼ੀ ਗਰਮੀ ਪੈ ਜਾਏ ਪਰ ਕਈ ਵਾਰ ਐਸਾ ਦੇਖਣ ਵਿੱਚ ਕੀ ਰੋਜ਼ਾਨਾ ਦੇਖਣ ਵਿੱਚ ਆਇਆ ਕਿ ਹਵਾ ਪਵਨ ਦੀ ਉਡਾਰੀ ਨਾਲ ਉਸ ਸਮੁੰਦਰ ਵਿੱਚੋਂ ਪਾਣੀ ਭਾਫ਼ ਬਣ ਕੇ ਉੱਡਦਾ ਅਤੇ ਆਸਮਾਨ 'ਤੇ ਚੜ੍ਹ ਜਾਂਦਾ ਸੋਚਦਾ ਮੈਂ ਬੜਾ ਉੱਚਾ ਚਲਾ ਗਿਆ ਸਮੁੰਦਰ ਤਾਂ ਨੀਵਾਂ ਇਸ ਪਵਨ ਨੇ ਮੈਨੂੰ ਕਿੱਥੇ ਆਸਮਾਨ 'ਤੇ ਪਹੁੰਚਾ ਦਿੱਤਾ ਬੱਦਲ ਬਣ ਗਿਆ ਪਰ ਇੱਕ ਖਿਆਲ ਕਰਿਓ ਜਿਸ ਵਕਤ ਪਾਣੀ ਸਮੁੰਦਰ ਤੋਂ ਆਪਣੇ ਮੂਲ ਤੋਂ ਵਿਛੜ ਕੇ ਬੱਦਲ ਬਣਿਆ ਭਾਵੇਂ ਆਸਮਾਨੀ ਚੜ੍ਹ ਗਿਆ ਪਰ ਨਿਥਾਵਾਂ ਹੋ ਗਿਆ ਹੁਣ ਇੱਧਰੋਂ ਹਵਾ ਦਾ ਬੋਲਾ ਆਉਂਦਾ ਬੱਦਲ ਇੱਧਰ ਉੱਡ ਜਾਂਦੇ ਨੇ ਉੱਧਰੋਂ ਹਵਾ ਦਾ ਬੋਲਾ ਆਉਂਦਾ ਬੱਦਲ ਇੱਧਰ ਉੱਡ ਜਾਂਦੇ ਨੇ ਨਿਥਾਵਾਂ ਹੋ ਗਿਆ ਉਸ ਨਿਥਾਵੇਂਪਣ ਦਾ ਅਹਿਸਾਸ ਹੋਇਆ ਬੱਦਲ ਨੂੰ ਉਸ ਪਾਣੀ ਨੂੰ ਜਿਹੜਾ ਅਸਮਾਨ ਚੜ੍ਹੀ ਹੋਂਦੇ ਵਿੱਚ ਸੀ ਕਿ ਮੇਰੀ ਇਹ ਹਾਲਤ ਮੈਂ ਨਿਥਾਵਾਂ ਕਿਉਂ ਹੋਇਆ ਕਿਉਂਕਿ ਆਪਣੇ ਮੂਲ ਨਾਲੋਂ ਵਿਛੜ ਗਿਆ ਹੁਣ ਉਹਨੂੰ ਅਹਿਸਾਸ ਹੋਇਆ ਤੇ ਮੁੜ ਆਪਣੇ ਮੂਲ ਤੱਕ ਪਹੁੰਚਣ ਲਈ ਸਮੁੰਦਰ ਤੱਕ ਪਹੁੰਚਣ ਲਈ ਧਰਤੀ ਵੱਲ ਨੂੰ ਬੂੰਦਾਂ ਬਣ ਕੇ ਡਿੱਗਣ ਲੱਗ ਪਿਆ ਤੁਰ ਪਿਆ ਪਰ ਹੋਇਆ ਕੀ ਧਰਤੀ ਵੱਲ ਤੁਰਿਆ ਰਸਤੇ ਵਿੱਚ ਇੱਕ ਹੋਰ ਗੱਲ ਵਾਪਰ ਗਈ ਇੱਕ ਹੋਮੇ ਆ ਗਈ ਰੱਬ ਦੇ ਪ੍ਰਭੂ ਦੇ ਸਮੁੰਦਰ ਦੇ ਰਾਹ ਵਿੱਚ ਤੁਰਦਿਆਂ ਤੁਰਦਿਆਂ ਵੀ ਇੱਕ ਹੋਮੇ ਆ ਗਈ ਕਿ ਮੇਰੇ ਵਰਗਾ ਸਿੱਖ ਕੋਈ ਨਹੀਂ ਮੈਂ ਅੰਮ੍ਰਿਤਧਾਰੀ ਮੈਂ ਵੱਡਾ ਸਿੱਖ ਮੈਂ ਵੱਡਾ ਦਾਨੀ ਰੱਬ ਦੇ ਰਾਹ 'ਤੇ ਚੱਲ ਰਿਹਾ ਆਪ ਵੱਲੋਂ ਧਰਮ ਕਮਾ ਰਿਹਾ ਪਰ ਇੱਕ ਹੋਮੇ ਆ ਗਈ ਕਿ ਮੇਰੇ ਵਰਗਾ ਦਾਨੀ ਕੋਈ ਨਹੀਂ ਆ ਗੁਰਦੁਆਰੇ ਤਾਂ ਮੇਰੇ ਦਾਨ ਨਾਲ ਹੀ ਬਣੇ ਨੇ ਆ ਗੁਰਦੁਆਰਿਆਂ ਵਿੱਚ ਲੰਗਰ ਤਾਂ ਮੇਰੇ ਦਾਨ ਨਾਲ ਹੀ ਚੱਲਦੇ ਨੇ ਬਸ ਇਸ ਹਉਮੈ ਹੰਕਾਰ ਨੇ ਦੂਜੇ ਨਾਲ ਮਿਲ ਕੇ ਬੈਠਣ ਦੀ ਸ਼ਕਤੀ ਖੋ ਲਈ ਗੜਿਆਂ ਵਿੱਚ ਕੀ ਅੰਤਰ ਹੁੰਦਾ ਗੜੇ ਕਦੇ ਪਾਣੀ ਵਾਂਗੂ ਇਕੱਠੇ ਵਹਿਣ ਨਹੀਂ ਬਣਦੇ ਵੱਖ ਵੱਖ ਉਹਨਾਂ ਦੀ ਆਪਣੀ ਹੋਂਦ ਹੁੰਦੀ ਹੈ ਤੇ ਜਿਹੜਾ ਸਿੱਖ ਵੀ ਹੰਕਾਰੀ ਹੋ ਜਾਏ ਹਉਮੈ ਵਿੱਚ ਆ ਜਾਏ ਕਿ ਮੇਰੇ ਵਰਗ ਜੋ ਅੱਜ ਅਸੀਂ ਦੇਖ ਰਹੇ ਹਾਂ ਸਿੱਖੀ ਵਿੱਚ ਇੱਕ ਕਮਜ਼ੋਰੀ ਹੈ ਆ ਬਹੁਤੇ ਵੱਖ ਵੱਖ ਜਥੇਬੰਦੀਆਂ ਵੱਖ ਵੱਖ ਪੰਥ ਕਿਉਂ ਨੇ ਮਨ ਨੂੰ ਗੜਿਆਂ ਵਾਂਗੂ ਹਉਮੈ ਹੰਕਾਰ ਵਿੱਚ ਵੱਖ ਵੱਖ ਹੋ ਚੁੱਕੇ ਨੇ ਪਰ ਜਦੋਂ ਗੜਿਆਂ ਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਤੇ ਵਹਿਣ ਨਹੀਂ ਬਣ ਸਕਦੇ ਤੇ ਸਮੁੰਦਰ ਤੱਕ ਆਪਣੇ ਮੂਲ ਤੱਕ ਤਾਂ ਵਹਿਣ ਨਹੀਂ ਜਾਣਾ ਦਰਿਆ ਬਣ ਕੇ ਹੀ ਜਾਣਾ ਗੜੇ ਕਦੀ ਵਹਿਣ ਨਹੀਂ ਬਣਦੇ ਤਾਂ ਫਿਰ ਉਹਨਾਂ ਨੂੰ ਇਹ ਅਹਿਸਾਸ ਹੋਇਆ ਤੇ ਮਨ ਅੰਦਰ ਡਰ ਲੱਗਿਆ ਕਿ ਅਸੀਂ ਤਾਂ ਇਸੇ ਤਰ੍ਹਾਂ ਗੜੇ ਬਣ ਕੇ ਹੀ ਸਾਰਾ ਜੀਵਨ ਬਿਤਾ ਦਿਆਂਗੇ ਮੂਲ ਜਿਸ ਨੂੰ ਮਿਲਣ ਲਈ ਤੁਰੇ ਹਾਂ
ਅਸਮਾਨ ਤੋਂ ਥੱਲੇ ਉਤਰੇ ਹਾਂ, ਉੱਥੋਂ ਤੱਕ ਪਹੁੰਚ ਹੀ ਨਹੀਂ ਸਕਾਂਗੇ। ਹੁਣ ਉਹ ਓਰਾਗਰ ਗੜੇ ਜਿਹੜੇ ਸਨ ਉਹ ਟਲ ਕੇ ਪਾਣੀ ਦੀਆਂ ਬੂੰਦਾਂ ਬਣ ਗਈਆਂ। ਬਾਬਾ ਕਬੀਰ ਜੀ ਨੇ ਆਖਿਆ ਓਰਾਗਰ ਪਾਣੀ ਪਾਇਆ। ਹੁਣ ਓਰਾਗਰ ਉਹ ਜਿਹੜੇ ਗੜੇ ਸਨ ਉਹ ਟਲ ਕੇ ਪਾਣੀ ਦੀਆਂ ਬੂੰਦਾਂ ਬਣ ਗਈਆਂ। ਤੇ ਜਿਸ ਵਕਤ ਪਾਣੀ ਦੀਆਂ ਬੂੰਦਾਂ ਬਣੀਆਂ ਹੁਣ ਉਹਨਾਂ ਵਿੱਚ ਮਿਲ ਬੈਠਣ ਦੀ ਸ਼ਕਤੀ ਹੋ ਗਈ। ਗੜੇ ਆਪਸ ਵਿੱਚ ਇਕੱਠੇ ਨਹੀਂ ਹੋ ਸਕਦੇ, ਪਰ ਪਾਣੀ ਦੀਆਂ ਬੂੰਦਾਂ ਜੇ ਹਜ਼ਾਰ ਵੀ ਹੋਣ ਤਾਂ ਹਜ਼ਾਰ, ਲੱਖਾਂ ਹੋਣ ਤਾਂ ਲੱਖਾਂ ਇਕੱਠੀਆਂ ਹੋ ਸਕਦੀਆਂ ਨੇ। ਉਹਨਾਂ ਦਾ ਆਪਸ ਵਿੱਚ ਮੇਲ ਹੋ ਸਕਦਾ। ਤੇ ਜਿਹੜਾ ਮਿਲ ਬੈਠਣ ਦਾ ਇੱਕ ਤਰੀਕਾ ਹੈ ਉਸੇ ਦਾ ਨਾਮ ਹੀ ਦੂਜਾ ਸਤਸੰਗਤ ਹੈ। ਜਾਏ ਮਿਲ, ਸਤਿਗੁਰੂ ਨੇ ਬਾਣੀ ਵਿੱਚ ਆਖਿਆ ਆਏ ਮਿਲ, ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਜਿੱਥੇ ਜਾਏ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ, ਉਸ ਸਤਸੰਗਤ ਵਿੱਚ ਬੈਠਣ ਦਾ, ਮਿਲ ਕੇ ਬੈਠਣ ਦਾ ਅਹਿਸਾਸ ਸ਼ਕਤੀ ਬੂੰਦਾਂ ਵਿੱਚ ਹੋ ਸਕਦੀ ਹੈ, ਗੜੇ ਵਰਗੇ ਮਨ ਵਿੱਚ ਨਹੀਂ ਹੋ ਸਕਦੀ। ਬਾਬਾ ਕਬੀਰ ਜੀ ਨੇ ਇਹੋ ਗੱਲ ਆਖੀ ਜਦੋਂ ਗੜੇ ਪਾਣੀ ਦੀਆਂ ਬੂੰਦਾਂ ਬਣੀਆਂ। ਹੁਣ ਉਹ ਆਪਣੇ ਦਰਿਆ ਬਣ ਕੇ ਸ਼ੋ ਸਾਗਰ ਵੱਲ, ਆਪਣੇ ਮੂਲ ਵੱਲ ਦਰਿਆ ਬਣ ਕੇ ਤੁਰ ਪਈਆਂ, ਤੇ ਤੁਰੀਆਂ ਹੀ ਨਹੀਂ ਜਾ ਕੇ ਸਮੁੰਦਰ ਵਿੱਚ ਮੁੜ ਕੇ ਸਮਾ ਗਈਆਂ, ਮੂਲ ਦਾ ਅਰੂਪ ਹੋ ਗਈਆਂ। ਸਤਿਗੁਰੂ ਨੇ ਆਖਿਆ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹੁਣ ਪਾਣੀ ਪਾਣੀ ਵਿੱਚ ਮਿਲ ਗਿਆ। ਉਹ ਜਿਹੜਾ ਇੱਕ ਇੱਕ ਬੂੰਦ ਅਸਮਾਨ ਤੇ ਭਟਕ ਰਿਹਾ ਸੀ ਉਹ ਹੁਣ ਇੱਕ ਵਹਿਣ ਦਰਿਆ ਬਣ ਕੇ ਵਾਪਸ ਆਪਣੇ ਮੂਲ, ਆਪਣੇ ਟਿਕਾਣੇ ਤੇ ਸ਼ੋ ਸਾਗਰ ਵਿੱਚ, ਸਮੁੰਦਰ ਵਿੱਚ ਜਾ ਕੇ ਮਿਲ ਗਿਆ। ਪਰ ਇਹ ਤਾਂ ਹੀ ਮਿਲਿਆ ਜੇ ਗੜੇ ਢਲ ਕੇ ਪਾਣੀ ਦੀਆਂ ਬੂੰਦਾਂ ਬਣੀਆਂ। ਉਹਦਾ ਗਰ ਪਾਣੀ ਭਰਿਆ, ਜਾਏ ਮਿਲਿਓ ਢਲ ਕੂਲ, ਜਾ ਕੇ ਮਿਲ ਕੇ ਕੂਲ ਬਣ ਕੇ ਦਰਿਆ ਵਹਿਣ ਬਣ ਕੇ ਜਾ ਕੇ ਉਸ ਸਮੁੰਦਰ ਤੱਕ ਪਹੁੰਚ ਕੇ ਮਿਲ ਗਿਆ, ਪਾਣੀ ਵਿੱਚ ਪਾਣੀ ਹੋ ਗਿਆ, ਆਪਣਾ ਟਿਕਾਣਾ ਮਿਲ ਗਿਆ। ਪਰ ਇੱਕ ਸ਼ਰਤ ਤੇ ਕਿ ਜਦੋਂ ਉਹਨੇ ਗੜੇ ਵਾਲਾ ਸੁਭਾਅ ਛੱਡਿਆ ਤੇ ਪਾਣੀ ਦੀਆਂ ਬੂੰਦਾਂ ਵੱਲ ਮਿਲ ਬੈਠਣ ਵਾਲਾ ਸੁਭਾਅ ਬਣਾਇਆ। ਬਾਬਾ ਕਬੀਰ ਜੀ ਨੇ ਇਹੋ ਗੱਲ ਪ੍ਰੇਰਨਾ ਵਜੋਂ ਆਖੀ, ਕਹਿਣ ਲੱਗੇ ਉਹ ਭਲਿਆ ਜੇ ਤੂੰ ਰੱਬ ਦੀ ਰਾਹਾਂ ਤੇ ਧਰਮੀ ਬਣਨ ਲਈ ਤੂੰ ਤੁਰਿਆ ਹੈ ਤਾਂ ਵੇਖੀ ਕਿਤੇ ਗੜਿਆਂ ਵਾਂਗੂ ਹੰਕਾਰ ਵਿੱਚ ਨਾ ਆਈ, ਫਿਰ ਵੱਖ ਵੱਖ ਹੋ ਜਾਏਗਾ, ਕਦੀ ਮਿਲ ਨਹੀਂ ਬੈਠੇਗਾ। ਆ ਪਾਣੀ ਦੀਆਂ ਬੂੰਦਾਂ ਵਾਂਗੂ ਇੱਕ ਹੋ ਕੇ ਸਤਸੰਗਤ ਵਿੱਚ ਮਿਲ ਕੇ ਆਪਣੇ ਮਾਲਕ ਦੇ ਰਾਹਾਂ ਤੇ ਤੁਰ, ਤਾਂ ਕਿ ਤੂੰ ਆਪਣੇ ਮੂਲ ਤੱਕ ਪਹੁੰਚ ਸਕੇ। ਬਾਬਾ ਕਬੀਰ ਜੀ ਨੇ ਇਹੋ ਗੱਲ ਬਾਣੀ ਵਿੱਚ ਆਖੀ ਤੇ ਕਹਿਣ ਲੱਗੇ ਰਾਗਰ ਪਾਣੀ ਭਇਆ, ਰਾਗਰ ਪਾਣੀ ਭਇਆ, ਜਾਏ ਮਿਲਿਆ ਢਲ ਕੂਲ, ਜਾਏ ਮਿਲਿਆ ਢਲ ਕੂਲ, ਰਾਗਰ ਪਾਣੀ ਭਇਆ, ਰਾਗਰ ਪਾਣੀ ਭਇਆ, ਰਾਗਰ ਪਾਣੀ ਭਇਆ, ਪਾਣੀ ਭਇਆ, ਕਰੇ। ਬਾਬਾ ਕਬੀਰ ਜੀ ਦੀ ਦਿੱਤੀ ਹੋਈ ਇਹ ਪ੍ਰੇਰਨਾ ਸਾਡੀ ਕੌਮ ਵਿੱਚ ਵਰਤੇ ਤੇ ਅੱਜ ਜਿਹੜੇ ਅਸੀਂ ਓਰਾਗਰ ਬਣ ਕੇ ਵੱਖ ਵੱਖ ਬੈਠੇ ਹਾਂ, ਕਈ ਪੰਥ ਬਣ ਕੇ, ਕਈ ਮਰਿਆਦਾ ਬਣ ਕੇ,
कई अमृत बन के कई गुरु बना के अपने अपने वक्रे वक्रे डेरे ते मस्तना ला के बैठे हैं। भला जे पानी दिया बूंदा बन के इकट्ठे हो के सतसंगत दा संगत दा रूप धारण करन ते उस प्रभु तक पहुंच सकन। यो गल गुरु ने बाणी विच भी आखी, कहन लगे हो मन तन खोजी पाल पलाई, क्यों प्यारा प्रीतम मिले मेरी माई, ते जवाब सी मिल सतसंगत खोज दसाई, विच संगत हर प्रभ वसे जी। ते संगत दा आखरी अर्थ है मिल बैठना, संग लफज तो मिल बैठन तो लफज संगत बने है। तो इसलिए गुरु दी संगत बन के असी गुरु दे चरणों में मिल बैठन दा सुभा बनाइए। इन्हां शब्दां नाल खिमां दा जिया चिखां फतेह बुलाओ। वाहिगुरु जी का खालसा, वाहिगुरु जी की फतेह।